ਅਤੇ ਹੁਣ ਆਪਣੀਆਂ ਨਜ਼ਮਾਂ ਲੈ ਕੇ ਆਪਣੀਆਂ ਕਵਿਤਾਵਾਂ ਲੈ ਕੇ ਤੁਹਾਡੇ ਰੂਬਰੂ ਹੋ ਰਹੇ ਨੇ। ਸ਼ਬਦਾਂ ਦੀ ਮਰਜ਼ੀ ਅਕਾਰਨ ਸਿਆਹੀ ਕੁਲੀ ਹੈ ਅਤੇ ਓਕ ਦੇ ਰਚਨਾਕਾਰ ਗੁਰਪ੍ਰੀਤ। ਗੁਰਪ੍ਰੀਤ ਨੂੰ ਮੈਂ ਜਿੰਨਾ ਨੇੜੇ ਤੋਂ ਜਾਣਦਾ, ਮੈਨੂੰ ਲੱਗਦਾ ਕਿ ਉਹਦੀ ਰਚਨਾ ਹੀ ਉਹਦੀ ਸਿਰਜਣ ਪ੍ਰਕਿਰਿਆ ਦੇ ਵਿੱਚ ਅਕਸਰ ਆਪਣੀ ਗੱਲ ਕਹਿੰਦੀ ਹੈ। ਉਹਦੀ ਸਿਰਜਣ ਪ੍ਰਕਿਰਿਆ ਉਹਦੀ ਰਚਨਾ ਦੇ ਨੇੜੇ ਨੇੜੇ ਹੁੰਦੀ ਹੈ ਅਤੇ ਮੈਨੂੰ ਲੱਗਦਾ ਉਹਦੀਆਂ ਰਚਨਾਵਾਂ ਇੰਨੇ ਕੱਦ ਦੀਆਂ ਮਾਲਕ ਨੇ ਕਿ ਸਾਨੂੰ ਸਿਰਜਣ ਪ੍ਰਕਿਰਿਆ ਬਾਰੇ ਉਹਨਾਂ ਵਿੱਚ ਸਭ ਬਹੁਤ ਕੁਛ ਸਮਝ ਆ ਜਾਂਦਾ ਹੈ ਅਤੇ ਅਸੀਂ ਛੇਤੀ ਉਸਨੂੰ ਗ੍ਰਹਿਣ ਕਰ ਲੈਂਦੇ ਹਾਂ। ਅਤੇ ਹੁਣ ਸਾਡੇ ਨਾਲ ਰੂਬਰੂ ਹੋ ਰਹੇ ਨੇ ਗੁਰਪ੍ਰੀਤ। ਗੁਰਪ੍ਰੀਤ ਹਾਂਜੀ ਦੋਸਤੋ, ਪਹਾੜ ਮੈਨੂੰ ਅਕਸਰ ਚੜ੍ਹ ਜਾਂਦੇ ਹੈ ਪਰ ਇਸ ਵਾਰ ਬੜਾ ਉਲਟ ਹੋਇਆ, ਪਤਾ ਨਹੀਂ ਕੋਈ ਕਤਾਹੀ ਹੋ ਗਈ ਪਹਾੜਾਂ ਨਾਲ ਮੈਥੋਂ ਜਾਂ ਪਹਾੜ ਰੁੱਸ ਗਏ ਕਿ ਉਹ ਤਾਪ ਦਾ ਪਹਾੜ ਜਿਹੜਾ ਹੈ ਉਹ ਚੜ੍ਹ ਗਿਆ। ਨਹੀਂ ਤਾਂ ਮੈਂ ਮਤਲਬ ਛੋਟਾ ਜਿਹਾ ਹੁੰਦਾ ਹੀ ਪਹਾੜਾਂ 'ਤੇ ਆਉਣਾ, ਈਵਨ ਆਪਣੀ ਤੁਰਨ ਦੀ ਔਖ ਦੇ ਬਾਵਜੂਦ ਵੀ ਪਹਾੜਾਂ 'ਤੇ ਨੱਚਣਾ, ਔਰ ਮੇਰੀਆਂ ਜਿਹੜੀ ਪਹਿਲੀ ਕਿਤਾਬ ਜਿਹੜੀ ਹੈ ਮੇਰੀ ਸ਼ਬਦਾਂ ਦੀ ਮਰਜ਼ੀ, ਉਹ 'ਚ ਪਹਾੜਾਂ ਦਾ, ਕੁਦਰਤ ਦਾ, ਝਰਨਿਆਂ ਦਾ ਬਹੁਤ ਸਾਰਾ ਜ਼ਿਕਰ ਹੈ। ਅਤੇ ਪਰ ਉਹ ਇਸ ਵਾਰ ਜਿਹੜੀ ਕਤਾਹੀ ਹੈ, ਮੈਂ ਕਿਤੇ ਦੇਖੂੰਗਾ ਪਹਾੜਾਂ ਨਾਲ ਕੀ ਐਸਾ ਮੈਂ ਕਰ ਬੈਠਾ ਕਿ ਪਹਾੜਾਂ ਨੇ ਜਿਹੜਾ ਹੈ ਮੈਨੂੰ ਬਿਮਾਰ ਕਰਤਾ, ਤਾਪ ਪਹਾੜ ਤਾਪ ਬਣ ਕੇ ਚੜ੍ਹ ਗਏ। ਅਤੇ ਇਸੇ ਕਰਕੇ ਸ਼ਾਇਦ ਮੈਂ ਮਤਲਬ ਆਪਣੀਆਂ ਗੱਲਾਂ ਬਹੁਤੀਆਂ ਨਾ ਕਰ ਸਕਾਂ, ਔਰ ਜਿਵੇਂ ਦਰਵੇਸ਼ ਹੋਰਾਂ ਨੇ ਕਿਹਾ ਇਹ 'ਚ ਕੋਈ ਸ਼ੱਕ ਨਹੀਂ, ਮੇਰੇ ਖਿਆਲ ਹਰ ਕਵੀ ਦਾ ਜਿਹੜਾ ਉਹਦਾ ਜੀਵਨ ਹੀ ਉਹਦੀ ਸਿਰਜਣ ਪ੍ਰਕਿਰਿਆ ਹੁੰਦੀ ਹੈ, ਜਾਂ ਜੀਵਨ 'ਚੋਂ ਹੀ ਬੰਦਾ ਕਵੀ ਕਵਿਤਾਵਾਂ ਲਿਖਦਾ ਔਰ ਕਵਿਤਾ ਜਿਹੜੀ ਹੈ ਉਹਦੇ ਜੀਵਨ ਨੂੰ ਦਰਸਾਉਂਦੀ ਹੈ। ਇਹ ਦੋਨੋਂ ਗੱਲਾਂ ਇੱਕ ਦੂਸਰੇ ਨਾਲ ਰਲੀਆਂ ਮਿਲੀਆਂ ਨੇ, ਬਣੀਆਂ ਹੋਈਆਂ ਨੇ, ਔਰ ਪਰ ਫਿਰ ਵੀ ਮੈਨੂੰ ਲੱਗਦਾ ਕਿਤੇ 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 ਉਹ ਹਰ ਵੇਲੇ ਆਪਣਾ ਜੀਵਨ ਵੀ ਨਹੀਂ ਲਿਖੀ ਜਾਂਦਾ। ਕਿਸੇ ਕਿਸੇ ਵੇਲੇ ਉਹਦੀਆਂ ਕਵਿਤਾਵਾਂ ਵਿੱਚ ਕਿਸੇ ਬਹਾਨੇ ਐਮ ਐਫ ਹਸੈਨ ਵੀ ਆ ਜਾਂਦਾ, ਪਰ ਮੈਨੂੰ ਉਦੋਂ ਵੀ ਲੱਗਦਾ ਕਿ ਸ਼ਾਇਦ ਉਹ ਵੀ ਕੋਈ ਤੁਹਾਡਾ ਹਿੱਸਾ ਹੀ ਸੀ ਕਿਸੇ ਵੇਲੇ 'ਚ ਜਦੋਂ ਤੁਹਾਡੀ ਕਵਿਤਾ 'ਚ ਐਮ ਐਫ ਹਸੈਨ ਆ ਜਾਂਦਾ। ਤਾਂ ਮੈਂ ਛੋਟਾ ਹੁੰਦਾ ਮਤਲਬ ਪੇਂਟਿੰਗ ਕਰਦਾ ਸੀ, ਮਤਲਬ ਮੇਰੀ ਸਾਡੇ ਘਰ ਮਤਲਬ ਪਾਠ ਰੱਖਿਆ ਹੋਇਆ ਚਾਨਣੀ ਦੇ ਅੱਗੇ, ਉਹ ਬਣੇ ਹੁੰਦੇ ਮਤਲਬ ਗੁਰੂ ਨਾਨਕ ਦੇਵ ਜੀ ਦੀ ਫੋਟੋ, ਗੁਰੂ ਬਣੇ ਹੁੰਦੇ ਸਾਰੇ, ਸ਼ਾਇਦ ਅੱਜ ਕੱਲ੍ਹ ਉਹ ਮੇਰੇ ਖਿਆਲ ਹੁਣ ਨਹੀਂ ਬਣਦੇ। ਤਾਂ ਮੈਂ ਨਾ ਕੋਲਾ ਲਿਆ ਉਹਨਾਂ ਵੇਲੇ 'ਚ ਕੋਲੇ, ਕਿਉਂਕਿ ਲੱਕੜਾਂ ਵਰਤਦੇ ਹੋਰ, ਥੱਲੇ ਮੈਂ ਫਰਸ਼ 'ਤੇ ਬਣਾਇਆ ਨਾਨਕ ਨੂੰ। ਤਾਂ ਮੇਰੀ ਭੂਆ ਇੱਕ ਦਿੱਲੀ ਰਹਿੰਦੇ ਆ, ਉਹਨਾਂ ਨੇ ਥੱਪੜਾ ਮੇਰੇ ਮਾਰਿਆ ਵੀ ਤੈਨੂੰ ਸੰਘਣੀ ਆਉਂਦੀ, ਤੂੰ ਥੱਲੇ ਗੁਰੂ ਸਾਹਿਬ ਬਣਾਈ ਜਾਂਦਾ। ਤਾਂ ਉਹ ਮੈਨੂੰ ਬਾਅਦ 'ਚ ਕਿਤੇ ਸਮਝਦਾ ਕਿ ਥੱਲਾ ਕੁਛ ਨਹੀਂ ਹੁੰਦਾ, ਇਹ ਤਾਂ ਧਰਤੀ ਜਿਹੜੀ ਆ ਬੜੀ ਸਿਰਜਣਾਤਮਕਤਾ ਹੈ। ਮੈਂ ਤਾਂ ਮਤਲਬ ਇਹ ਗੁਰੂ ਸਾਹਿਬ ਤਾਂ ਇਸ ਧਰਤੀ ਨਾਲ ਬੜੇ ਕਮਾਲ ਨਾਲ ਜੁੜੇ ਹੋਏ ਆ। ਅਤੇ ਉਹ ਪੇਂਟਿੰਗ ਤਾਂ ਮੈਂ ਫਿਰ ਉਹਨੂੰ ਨਹੀਂ ਵਧਾ ਸਕਿਆ ਅੱਗੇ, ਭਾਵੇਂ ਮੈਂ ਹੁਣ ਵੀ ਕਦੇ ਕਦੇ ਸਕੈਚਿੰਗ ਕਰਦਾ, ਹੁਣ ਵੀ ਮੇਰੇ ਜਿਹੜੇ ਰੇਖਾਂਕਨ ਆ ਉਹ ਸੰਡੇ ਇੰਡੀਅਨ 'ਚ, ਸੰਡੇ ਓਬਜ਼ਰਵਰ 'ਚ, ਔਰ ਜਿਹੜੇ ਲਿਟਰੇਰੀ ਮੈਗਜ਼ੀਨ ਹੰਸ ਬਾਗਰਥ ਉਹਨਾਂ 'ਚ ਵੀ ਛਪੇ ਹੈ। ਇਹਦੇ ਬਾਵਜੂਦ ਪਰ ਜਿਹੜੀ ਹੈ ਉਹ ਪੇਂਟਿੰਗ ਜਿਹੜੀ ਹੈ ਉਹ ਸ਼ਬਦਾਂ 'ਚ ਆਉਣੇ ਸ਼ੁਰੂ ਹੋ ਗਏ। ਮਤਲਬ ਮੈਂ ਜੇ ਆਪਣੀ ਕਵਿਤਾ ਦੀ ਕੋਈ ਖੂਬੀ ਖਾਮੀ ਦੱਸਣੀ ਹੋਵੇ ਉਹ ਇਹੀ ਹੈ ਕਿ ਮੈਂ ਵਿਜ਼ੂਅਲ ਸਿਰਜਦਾ, ਮੈਂ ਮਤਲਬ ਵਿਚਾਰ ਜਿਹੜੇ ਆ ਉਹ ਸਿੱਧੇ ਮੇਰੇ ਤੋਂ ਦਿੱਤੇ ਹੀ ਨਹੀਂ ਜਾਂਦੇ, ਮੈਨੂੰ ਆਉਂਦਾ ਹੀ ਨਹੀਂ, ਮਤਲਬ ਉਹ
ਇੱਕ ਦ੍ਰਿਸ਼ ਰਾਹੀਂ ਹੀ ਮੈਂ ਆਪਣੀ ਗੱਲ ਜਿਹੜੀ ਕਰਦਾ। ਔਰ ਦੂਸਰੀ ਗੱਲ, ਮੈਂ ਬੜਾ ਸਧਾਰਨ ਜਿਹਾ ਕਵੀ ਹਾਂ, ਮਤਲਬ ਬੜਾ ਸਿੱਧਾ ਸਾਦਾ ਜਿਹਾ। ਮੇਰੀਆਂ ਜਿਹੜੀਆਂ ਕਵਿਤਾਵਾਂ ਸਾਰੀਆਂ, ਹੁਣ ਤਾਂ ਕਵਿਤਾ ਦਾ ਕੋਈ ਵਿਸ਼ਾ ਨਹੀਂ ਹੁੰਦਾ, ਪਰ ਮੈਂ ਕਹਿੰਦਾ ਮੇਰੇ ਕਵਿਤਾਵਾਂ ਦੇ ਜਿਹੜੇ ਪਾਤਰ ਹੈ ਸਾਰੇ, ਉਹ ਮੇਰੇ ਘਰ 'ਚੋਂ ਹੈ। ਮਤਲਬ ਪਿਤਾ ਮੇਰਾ ਪਾਤਰ ਹੈ, ਮੇਰੀ ਮਾਂ ਪਾਤਰ ਹੈ, ਮੇਰੀ ਪਤਨੀ ਪਾਤਰ ਹੈ। ਬਹੁਤ ਸਾਰੇ ਦੋਸਤ ਅਮਰੀਸ਼ ਹੋਰੀ ਕਹਿੰਦੇ ਹੁੰਦੇ ਕਿ ਤੂੰ ਤਾਂ ਕਵੀ ਪਤਨੀ ਦਾ ਕਵੀ ਹੈ, ਪਤਨੀ ਬਾਰੇ ਬਹੁਤ ਸਾਰੀਆਂ ਕਵਿਤਾਵਾਂ ਲਿਖੀਆਂ। ਤਾਂ ਘਰ 'ਚੋਂ ਮੇਰੇ ਆਪਣੇ ਬੱਚਿਆਂ 'ਤੇ ਕਵਿਤਾਵਾਂ, ਔਰ ਆਂਢ ਗੁਆਂਢ ਫਿਰ ਆਲਾ ਦੁਆਲਾ ਜਿਹੜਾ ਮੇਰੀਆਂ ਕਵਿਤਾਵਾਂ 'ਚ ਆਉਂਦਾ ਕੋਈ। ਮਤਲਬ ਇਹਨੂੰ ਡਾਕਟਰ ਸਿੰਘ ਜੀ ਕਹਿੰਦੇ ਵਾਮਨ ਜਿਹੜੇ ਸਰੋਕਾਰਾਂ ਦਾ ਕਵੀ ਹੈ। ਮੈਂ ਆਪਣੇ ਆਪ ਨੂੰ ਕਹਿੰਦਾ ਮੈਂ ਛੋਟੀਆਂ ਛੋਟੀਆਂ ਗੱਲਾਂ 'ਤੇ ਕਵਿਤਾਵਾਂ ਮੈਥੋਂ ਲਿਖੀਆਂ ਜਾਂਦੀਆਂ, ਵੱਡੀਆਂ ਗੱਲਾਂ ਮੈਨੂੰ ਆਉਂਦੀਆਂ ਹੀ ਨਹੀਂ, ਮੇਰੇ ਸੁਭਾਅ 'ਚ ਹੀ ਨਹੀਂ ਹੈ। ਮਤਲਬ ਕਵਿਤਾ ਮੇਰਾ ਸੁਭਾਅ ਹੈ, ਮੈਂ ਸਗੋਂ ਇਹ ਸੋਚਦਾ ਕਿ ਕਵਿਤਾ ਮੇਰਾ ਸੁਭਾਅ ਹੈ। ਜਿਵੇਂ ਰੁੱਖ ਛਾਂ ਲਿਖ ਦਿੰਦੇ ਆ, ਔਰ ਜਿਵੇਂ ਪਹਾੜ ਉਚਾਈ ਲਿਖ ਦਿੰਦੇ ਆ, ਔਰ ਹਵਾ ਜਿਹੜਾ ਹੈਗਾ ਉਹ ਦਿਸ਼ਾ ਲਿਖ ਦਿੰਦੇ ਆ, ਤਾਂ ਮੈਨੂੰ ਉਸੇ ਤਰ੍ਹਾਂ ਹੀ ਮੇਰੇ ਸੁਭਾਅ 'ਚ ਹੀ ਹੈ ਕਵਿਤਾ। ਅਤੇ ਉਹ ਮੇਰੇ ਤੋਂ ਲਿਖੀ ਜਾਂਦੀ ਆ ਆਲੇ ਦੁਆਲੇ 'ਚੋਂ, ਘਰ 'ਚੋਂ ਅਤੇ ਹੋਰ 'ਚੋਂ। ਸੋ ਮੈਂ ਮਤਲਬ ਇਸ ਤਰ੍ਹਾਂ ਦਾ ਕੋਈ ਮੈਂ ਨੌਲੇਜ ਨਹੀਂ, ਕਦੇ ਕੋਈ ਪ੍ਰੋਜੈਕਟ ਨਹੀਂ ਬਣਾਉਂਦਾ, ਮੈਨੂੰ ਕੋਈ ਬਹੁਤੀ ਜਾਣਕਾਰੀ ਨਹੀਂ ਆਲੇ ਦੁਆਲੇ ਦੀ, ਔਰ ਬਸ ਘਰ 'ਚੋਂ ਹੀ ਆਲੇ ਦੁਆਲੇ 'ਚੋਂ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਉਹ ਤੋਂ ਮੈਂ ਕਵਿਤਾ ਲਿਖਦਾ। ਔਰ ਬਹੁਤ ਸਾਰੇ ਮੈਨੂੰ ਹੱਸਦੇ ਆ ਜਦੋਂ ਮੈਂ ਕਵਿਤਾ ਕਹਿਣਾ ਕਿ ਮੈਂ ਕਵਿਤਾ ਸੁਣਾਉਣਾ ਡੱਡੂ, ਉਹ ਉਹਨਾਂ ਨੂੰ ਲੱਗਦਾ ਯਾਰ ਡੱਡੂ ਤਾਂ ਕਵਿਤਾ ਹੀ ਸੁਣਾਊਗਾ, ਇੱਕ ਵਾਰ ਸਾਰੇ ਹੱਸ ਪੈਂਦੇ ਆ। ਪਰ ਜਦੋਂ ਡੱਡੂ ਕਵਿਤਾ ਹੋ ਜਾਂਦੀ ਹੈ ਫਿਰ ਸ਼ਾਇਦ ਸਾਰੇ ਹੋਰ ਤਰ੍ਹਾਂ ਸੋਚਣਾ ਸ਼ੁਰੂ ਕਰਦੇ ਆ, ਗੰਭੀਰ ਹੋ ਜਾਂਦੇ ਆ। ਤਾਂ ਮੈਂ ਸੰਖੇਪ 'ਚ ਦੋ ਚਾਰ ਗੱਲਾਂ ਕਿ ਸ਼ਬਦਾਂ ਦੀ ਮਰਜ਼ੀ ਮੇਰੀ ਪਹਿਲੀ ਕਿਤਾਬ ਹੈ, 1996 'ਚ ਆਈ, ਪਰ ਮੈਂ ਉਦੋਂ ਘੱਟੋ ਘੱਟ ਮਤਲਬ 83 'ਚ, ਕਿੰਨੇ ਸਾਲ ਹੋ ਗਏ, 13 ਸਾਲ ਹੋ ਗਏ, 13 ਸਾਲ ਪਹਿਲਾਂ ਲਿਖਣਾ ਸ਼ੁਰੂ ਕਰ ਲਿਆ ਸੀ, 13 ਸਾਲ ਬਾਅਦ ਕਿਤਾਬ ਜਿਹੜੀ ਆਈ। ਤਾਂ ਮੈਂ ਹੁਣ ਸੋਚਦਾ ਹੁੰਦਾ, ਕਈ ਵਾਰੀ ਬਹੁਤ ਸਾਰੇ ਦੋਸਤ ਐਸੇ ਵੀ ਆ ਉਹ ਲਿਖਣਾ ਹਜੇ ਬਾਅਦ ਸ਼ੁਰੂ ਕਰਦੇ, ਕਿਤਾਬ ਪਹਿਲਾਂ ਜਿਹੜੀ ਹੈ ਆ ਜਾਂਦੀ ਹੈ, ਨਾਮ ਵੀ ਪਹਿਲਾਂ ਰੱਖਦੇ, ਆ ਵੀ ਪਹਿਲਾਂ ਜਾਂਦੀ ਹੈ। ਸੋ 83 'ਚ ਮੈਂ ਪਹਿਲੀ, ਵੈਸੇ 83 'ਚ ਕਹਾਣੀ ਲਿਖੀ ਮੈਂ, ਮਤਲਬ ਗੁਆਂਢ 'ਚ ਕੋਈ ਘਟਨਾ ਵਾਪਰੀ, ਬਲਵੰਤ ਅਤੇ ਮੈਂ ਅਸੀਂ ਦੋਨੋਂ ਜਮਾਤੀ ਹਾਂ, ਸਾਡੇ ਮੈਡਮ ਸੀ ਸੁਰਜੀਤ ਕੌਰ ਪੰਜਾਬੀ ਦੇ, ਮੈਂ ਉਹ ਕਹਾਣੀ ਲਿਖੀ, ਉਹਨਾਂ ਨੂੰ ਪੜ੍ਹਾਈ, ਕਹਿੰਦੇ ਵਧੀਆ। ਔਰ ਸੱਚ ਮੈਨੂੰ ਅਜੇ ਤੱਕ ਵੀ ਨਹੀਂ ਪਤਾ ਵੀ ਮੈਂ ਜਨ ਸਾਹਿਤ ਦਾ ਐਡਰੈਸ ਕਿੱਥੋਂ ਲੱਭਿਆ ਉਹਨੂੰ। ਮੇਰੇ ਘਰ 'ਚ ਕੋਈ ਐਸੀ ਪਰੰਪਰਾ ਨਹੀਂ ਸੀ ਪੜ੍ਹਨ ਪੜ੍ਹਾਉਣ ਦੀ, ਕੋਈ ਹੋਰ, ਪਿਤਾ ਮੇਰੇ ਰਾਜ ਮਿਸਤਰੀ ਹੈ, ਹੁਣ ਵੀ ਕੰਮ ਕਰਦੇ ਆ ਉਹ, ਅਤੇ ਉਹ ਮੈਂ ਜਨ ਸਾਹਿਤ ਨੂੰ ਉਹ ਕਹਾਣੀ ਜਿਹੜੀ ਪੋਸਟ ਕਰਤੀ, ਉਹਦਾ ਐਡਰੈਸ ਪਤਾ ਨਹੀਂ ਕਿਵੇਂ ਆ ਗਿਆ ਮੇਰੇ ਕੋਲ, ਅਤੇ ਧੌਂਸੀ ਮੇਰਾ ਗੋਦ ਹੈ, ਗੁਰਪ੍ਰੀਤ ਧੌਂਸੀ ਹੇਠ ਉਹ ਮੈਂ ਕਹਾਣੀ ਪੋਸਟ ਕੀਤੀ। ਮੇਰਾ ਨਾਂ ਤਾਂ ਕਿਹੜਾ ਜਾਣਦਾ ਸੀ, ਮੇਰੇ ਚਾਚਾ ਜੀ ਦੀ ਉਹ ਸੀਗੀ ਵਰਕਸ਼ਾਪ, ਉਹਨਾਂ ਨੇ ਧੌਂਸੀ ਵਰਕਸ਼ਾਪ ਲਿਖੀ ਸੀ, ਉਹ ਡਾਕੀ ਉੱਥੇ ਦੇ ਗਿਆ, ਉਹਨਾਂ ਨੇ ਦੇਖਿਆ ਵੀ ਗੁਰਪ੍ਰੀਤ ਦੀ ਹੈ, ਉਹ ਮੈਨੂੰ ਫੜਾ ਕੇ ਉਹ ਕਹਾਣੀ ਮੈਂ ਲਿਖੀ, ਵਾਪਸ ਆ ਗਈ। ਪਰ ਉਹ ਮਤਲਬ ਮੈਨੂੰ ਲੱਗਦਾ ਵੀ, ਪਰ ਮੈਂ ਲਿਖਣਾ ਮੇਰੇ ਕਿਤੇ ਪਿਆ ਸੀ। ਤਾਂ ਮੈਂ ਕਾਲਜ ਦੇ ਜਦੋਂ ਗਿਆ, ਪ੍ਰੈਪ ਹੁੰਦੀ ਸੀ, ਕਮਰਸ ਮੈਂ ਵਿਸ਼ਾ ਲਿਆ, ਕੋਈ ਨਾ ਕਿਸੇ ਨੇ ਗਾਈਡ ਕੀਤਾ, ਨਾ ਕੋਈ ਮੈਨੂੰ ਪਤਾ, ਬਸ ਮੈਂ ਉੱਥੇ ਮੈਨੂੰ ਲੱਗਿਆ ਵੀ ਕਮਰਸ ਕੋਈ ਚੰਗੀ ਗੱਲ ਹੁੰਦੀ ਹੈ, ਚੰਗਾ ਹੁੰਦਾ ਹੋਊ ਵੀ ਇਹ ਲੈ ਲਾਂ। ਉਹ ਪੱਗ ਵਾਲਾ ਮੈਂ ਇਕੱਲਾ ਹੀ ਕਮਰਸ 'ਚ, ਅਤੇ ਇੱਕ ਪ੍ਰੋਫੈਸਰ 3 ਪੀਰੀਅਡ ਲਾਉਂਦਾ ਹੁੰਦਾ, ਉਹ ਕਦੇ TPC ਕਦੇ ਹੋਰ, ਮੈਂ ਅੱਕ ਗਿਆ, ਮੈਂ ਕਿਹਾ ਯਾਰ ਆਹ ਤਾਂ ਕੰਮ ਔਖਾ ਹੈ, ਹਰ ਪੀਰੀਅਡ ਬਾਅਦ ਇਹੀ ਪ੍ਰੋਫੈਸਰ ਆ ਜਾਂਦਾ ਅਤੇ ਆਹ ਔਖੀਆਂ ਗੱਲਾਂ ਪੜ੍ਹਾਉਂਦਾ। ਤਾਂ ਮੈਂ ਅਗਲੇ ਵਾਰ ਛੱਡਤੀ, ਪਰ ਉਦੋਂ ਹੀ ਮੇਰੇ ਕਾਲਜ ਦੇ ਪ੍ਰੋਫੈਸਰ ਅਛਰੂ ਸਿੰਘ, ਪ੍ਰੋਫੈਸਰ ਔਲਖ ਵੀ ਮੇਰੇ ਟੀਚਰ ਰਹੇ ਆ ਵੈਸੇ, ਪ੍ਰੋਫੈਸਰ ਅਛਰੂ ਸਿੰਘ ਵੀ ਮੇਰੇ ਟੀਚਰ ਰਹੇ ਆ। ਪ੍ਰੋਫੈਸਰ ਅਛਰੂ ਸਿੰਘ ਨੇ ਮੈਗਜ਼ੀਨ ਜਿਹੜਾ ਐਡਿਟ ਨਿਕਲਦਾ ਹੁੰਦਾ, ਉਹ
ਉਹਨਾਂ ਨੇ ਡੇਟ ਰੱਖਤੀ ਐਡੀਟਰ ਲਈ, ਮੈਂ ਕਿਤੇ ਉਹ ਨਹੀਂ ਆ ਸਕਿਆ ਹੋਰ, ਅਤੇ ਉਹ ਐਡੀਟਰ ਉਹਨਾਂ ਨੇ ਹੋਰ ਬਣਾ ਤਾ, ਜਿਵੇਂ ਸਾਡੇ 'ਚ ਈਗੋ ਜੀ ਹੁੰਦੀ ਜਾਂ ਹੋਰ। ਮੈਂ ਕਿਹਾ ਮੈਨੂੰ ਕਿਉਂ ਨਹੀਂ ਬਣਾਇਆ ਤੁਸੀਂ, ਮੈਨੂੰ ਦੱਸਿਆ ਕਿਉਂ ਨਹੀਂ, ਉਡੀਕਿਆ ਕਿਉਂ ਨਹੀਂ? ਪ੍ਰੋਫੈਸਰ ਸਿਆਣੇ ਹੁੰਦੇ, ਉਹਨਾਂ ਨੇ ਮੈਨੂੰ ਸਮਝਾਇਆ ਕੋਈ ਨਾ ਤੂੰ ਆਰਟੀਕਲ ਜ਼ਰੂਰ ਦੇ। ਉਹ ਮੈਂ ਆਰਟੀਕਲ ਲਿਖਿਆ ਜਿਵੇਂ ਉਹਨਾਂ ਵੇਲਿਆਂ 'ਚ ਵੀ ਉਹ ਗੀਤਾਂ ਨੂੰ ਲੈ ਕੇ ਇੱਕ ਕਲਚਰਲ ਆਰਟੀਕਲ ਲਿਖਿਆ, ਪਰ ਉਹ ਮੈਂ ਪੰਜਾਬੀ ਟ੍ਰਿਬਿਊਨ ਨੂੰ ਵੀ ਭੇਜਤਾ, ਔਰ ਦੇਖਿਆ ਕਿ ਅਗਲੇ ਹਫ਼ਤੇ ਉਹਨਾਂ ਵੇਲਿਆਂ 'ਚ ਭੁੱਲਰ ਸਾਹਿਬ ਪਹਿਲਾਂ ਆਉਂਦਾ ਹੁੰਦਾ ਵੀ ਕੱਲ੍ਹ ਨੂੰ ਆਹ ਆਊਗਾ, ਹੈ ਨਾ? ਉਹ ਹਾਂ, ਉਹ ਜਦੋਂ ਆਇਆ ਉਹਦੇ 'ਚ ਲਿਖਿਆ ਹੋਇਆ ਵੀ ਆ ਗਿਆ ਨਾਨਕਾ ਮੇਲ ਸਾਹਮਣੇ ਗੁਰਪ੍ਰੀਤ ਧੁੰਸ, ਮੈਨੂੰ ਤਾਂ ਰਾਤ ਨੂੰ ਨੀਂਦ ਨਾ ਆਵੇ। ਹੋਰ ਅਗਲਾ ਦਿਨ ਅਖਬਾਰ ਤੜਕੇ ਮਸਾਂ ਮਤਲਬ ਮੈਂ ਲਿਆ, ਮੈਨੂੰ ਰਾਤ ਮਸਾਂ ਲੰਘੀ ਮਤਲਬ, ਅਤੇ ਅਗਲੇ ਦਿਨ NSS ਦਾ ਕੈਂਪ ਕਾਲਜ 'ਚ ਸੰਡੇ ਨੂੰ, ਅਤੇ ਮੈਨੂੰ ਐਂ ਲੱਗੇ ਵੀ ਆਹ ਤਾਂ ਕੁਛ ਨਹੀਂ ਸਾਰੇ, ਮੈਂ ਹੀ ਮਤਲਬ ਚੰਗਾ ਵਰਿਆ ਸੀ, ਹੈ ਮੈਂ ਹੀ ਵਧੀਆ। ਅਤੇ ਔਰ ਸੱਚਮੁੱਚ ਉਹ ਤੋਂ ਬਾਅਦ ਬੜਾ ਕੁਛ ਮੈਂ ਕੀਤਾ, ਉਹ ਮੈਨੂੰ ਅਜੇ ਵੀ ਯਾਦ ਆ ਉਹ ਅਨੁਭਵ, ਉਹ ਅਵਾਰਡ ਜਿਹੜਾ ਮੈਨੂੰ ਮੇਰਾ ਆਪਦਾ ਨਾਂ ਵਾਰ ਵਾਰ ਪੜ੍ਹਨ 'ਚ, ਬਾਅਦ 'ਚ ਮੈਂ ਧੌਂਸੀ ਵੀ ਛੱਡਤਾ ਆਪਦੇ ਨਾਂ ਨਾਲੋਂ, ਮੈਨੂੰ ਲੱਗਿਆ ਵੀ ਧੌਂਸ ਹੈ ਹੀ ਨਹੀਂ ਸੀ ਮੇਰੇ 'ਚ। ਅਤੇ ਮੈਂ ਕਈ ਨਾਂ ਬਦਲੇ, ਜਿਵੇਂ ਇਹ ਕਹਿੰਦਾ ਵੀ ਮੈਂ ਕਦੇ ਨਾਨਕਪ੍ਰੀਤ ਰੱਖ ਲਿਆ ਆਪਦਾ ਨਾਂ, ਨਾਨਕਪ੍ਰੀਤ, ਕਦੇ ਮੈਂ ਗੁਰਪ੍ਰੀਤ ਨਾਲ ਸੰਯੋਗ ਲਾਤਾ, ਉਹ ਜਿੰਦਰ ਨੇ ਕੁਛ ਕਹਿਤਾ ਉਹ ਵੀ ਛੱਡਤਾ। ਮੈਂ ਮੇਰੇ ਰੇਖਾਂਕਣ ਜਿਹੜੇ ਗੁਰਪ੍ਰੀਤ ਗਰਾਸ ਨਾਂ ਹੇਠ ਵੀ ਲੱਗੇ, ਪਰ ਮੈਨੂੰ ਹੁਣ ਕਦੇ ਕਦੇ ਲੱਗਦਾ ਯਾਰ ਗਰਾਸ ਤਾਂ ਜੇ ਮੈਂ ਰੱਖ ਲੈਂਦਾ ਤਾਂ ਚੰਗਾ ਸੀ। ਅਤੇ ਪਰ ਉਹ ਮੈਨੂੰ ਡਾਕਟਰ ਨੂਰ ਸਾਹਿਬ ਜਦੋਂ ਮੇਰੀ ਪਹਿਲੀ ਕਿਤਾਬ ਛਪਣੀ ਸੀ ਸ਼ਬਦਾਂ ਦੀ ਮਰਜ਼ੀ, ਆਹੋ ਚਲੋ ਗੁੰਟਰ ਤਾਂ ਜ਼ਿਆਦਾ ਆਉਂਦਾ, ਗਰਾਸ ਮੈਨੂੰ ਘਾਹ ਚੰਗਾ ਲੱਗਦਾ ਸੀ। ਅਤੇ ਉਹ ਸੀ ਉਹ ਮੈਂ ਪ੍ਰੋਫੈਸਰ ਉਹਨਾਂ ਨੂੰ ਡਾਕਟਰ ਨੂਰ ਹੋਰਿਆਂ ਨੂੰ, ਉਹਨਾਂ ਨੇ ਲਿਖੀ ਸੀ ਭੂਮਿਕਾ, ਤੁਸੀਂ ਉਹਦੇ ਗੱਲ ਕਰ ਰਹੇ ਸੀ, ਔਰ ਮੈਂ ਕਿਹਾ ਡਾਕਟਰ ਸਾਹਿਬ ਮੈਂ ਲਾਣਾ ਲਵਾਂ ਪਿੱਛੇ ਗੁਰਪ੍ਰੀਤ ਗਰਾਸ, ਉਹ ਕਹਿੰਦਾ ਤੈਨੂੰ ਯਾਰ ਸਾਰੇ ਗੁਰਪ੍ਰੀਤ ਕਰਕੇ ਜਾਣਦੇ ਹੈ, ਤੂੰ ਰਹਿਣ ਦੇ। ਮੈਨੂੰ ਲੱਗਿਆ ਵੀ ਚੱਲ ਹੁਣ ਇੰਨੇ ਵੱਡੇ ਬੰਦੇ ਕਹਿੰਦੇ ਆ ਤਾਂ ਜਾਣਦੇ ਹੀ ਹੋਣਗੇ ਮੈਨੂੰ, ਪਰ ਉਹ ਮੈਨੂੰ ਪਤਾ ਵੀ ਮੇਰੀ ਹਰ ਜਮਾਤ 'ਚ ਕਿਉਂਕਿ ਮੈਂ ਟੀਚਰ ਹਾਂ 10 ਗੁਰਪ੍ਰੀਤ ਹੁੰਦੇ ਆ, ਔਰ ਗੁਰਪ੍ਰੀਤ ਬਹੁਤ ਕਾਮਨ ਹੈ। ਮੇਰੀ ਭੂਆ ਨੇ ਰੱਖਿਆ ਸੀ ਉਸ ਨੇ ਜਿਹਨੇ ਥੱਪੜ ਮਾਰਿਆ ਸੀ, ਦਿੱਲੀ ਰਹਿੰਦੇ ਨੇ, ਉਦੋਂ ਸ਼ਾਇਦ 68 'ਚ ਮੇਰਾ ਬਰਥ ਹੈ, ਹੋ ਸਕਦਾ ਮੇਰਾ ਹੀ ਹੋਵੇ ਨਾ ਗੁਰਪ੍ਰੀਤ, ਨੇੜੇ ਤੇੜੇ ਕਿਸੇ ਦਾ ਹੋਰ ਨਾਂ ਹੋਵੇ ਉਹਨਾਂ ਵੇਲਿਆਂ 'ਚ। ਤਾਂ ਹੁਣ ਵੀ ਤਰਸੇਮ ਜਿਵੇਂ ਕਹਿੰਦਾ, ਮੈਨੂੰ ਤਾਂ ਹੁਣ ਵੀ ਕਦੇ ਕਦੇ ਲੱਗਦਾ ਜਿਹੜੇ ਮੇਰੇ ਪਾਠਕ ਸਧਾਰਨ ਬੰਦੇ, ਪਾਪੂਲਰ ਨਹੀਂ ਮੈਂ ਹੋ ਸਕਦਾ, ਮੈਨੂੰ ਪਤਾ ਮੈਂ ਆਪਣੇ ਨਾਂ ਕਰਕੇ, ਕਿ ਬਹੁਤ ਸਾਰੇ ਬੰਦੇ ਮੈਨੂੰ ਪੁੱਛਦੇ ਤੇਰਾ ਨਾਂ ਕੀ ਹੈ, ਮੈਂ ਗੁਰਪ੍ਰੀਤ, ਨਹੀਂ ਜੀ ਨਾਂ ਦੱਸੋ ਕੀ ਹੈ ਤੁਹਾਡਾ, ਮੈਂ ਯਾਰ ਗੁਰਪ੍ਰੀਤ, ਮੇਰਾ ਨਾਂ ਗੁਰਪ੍ਰੀਤ ਹੈ। ਉਹ ਕਿਉਂਕਿ ਭਾਲਦੇ ਆ ਕਿ ਅੱਗੇ ਪਿੱਛੇ ਕੁਛ ਲੱਗਿਆ ਹੋਣਾ ਚਾਹੀਦਾ ਮਤਲਬ, ਪਰ ਉਹ ਚੰਗਾ ਇਹ ਹੈ ਕਿ ਮੈਂ ਨਾ ਤਾਂ ਪਾਪੂਲਰ ਹੋਣਾ, ਤੁਸੀਂ ਸਾਰੇ ਮੈਨੂੰ ਜਾਣਦੇ ਹੋ, ਲੱਭ ਕੇ ਵੀ ਪੜ੍ਹ ਲੈਂਦੇ ਹੋ, ਨਾ ਗੁਰਪ੍ਰੀਤ ਹੋਵੇ ਸ਼ਾਇਦ ਫਿਰ ਵੀ ਪਤਾ ਲੱਗ ਜਾਂਦਾ ਕਿ ਗੁਰਪ੍ਰੀਤ ਦੀ ਇਹ ਕਵਿਤਾ, ਉਹ ਚਲੋ ਹਾਂ ਮਤਲਬ ਆਹ ਹੀ ਕਵਿਤਾ ਵੀ ਦੱਸ ਦਿੰਦੀ। ਸੋ ਆਹ ਇੰਨੀ ਕੁ 96 'ਚ ਪਹਿਲੀ ਕਿਤਾਬ ਛਪੀ, ਸਵੀ ਹੋਰਾਂ ਨੇ ਛਾਪੀ, ਸਾਡਾ ਸਾਰਿਆਂ ਦਾ ਹੀ ਮਤਲਬ ਗੋਡ ਫਾਦਰ ਕਹਿ ਸਕਦੇ ਹਾਂ ਅਸੀਂ, ਇਹ ਆਪੇ ਹੀ ਟਾਈਟਲ ਬਣਾਉਣੇ, ਆਪੇ ਹੀ ਮਤਲਬ ਉਹ ਕਰਨੇ, ਪੈਸੇ ਪੂਸੇ ਵੀ ਮੇਰੇ ਕੋਲ ਹੈ ਨਹੀਂ ਸੀ। ਉਹ ਦੇਵਨੀਤ ਅਤੇ ਮੇਰੀ ਇਕੱਠੀ ਕਿਤਾਬ ਛਪਣੀ ਸੀ, ਦੇਵਨੀਤ ਕਹਿੰਦਾ ਮੈਂ ਆਪਦੇ ਵਾਲੀ ਕਿਤਾਬ ਦੇ ਪੈਸੇ ਦੇ ਦਿੰਦਾ ਸਵੀ ਨੂੰ, ਅਤੇ ਤੇਰੇ ਵਾਲੇ ਬਾਅਦ 'ਚ ਦੇ ਦਾਂਗੇ। ਸਵੀ ਕੀ ਕਹਿੰਦਾ, ਸਵੀ ਨੇ ਤਾਂ ਕੀ ਕਹਿਣਾ ਸੀ, ਇਹਨੇ ਤਾਂ ਐਂ ਪੁੱਛਿਆ ਵੀ ਨਹੀਂ ਸੀ ਵੀ ਤੂੰ ਪੈਸੇ ਦੇਂਗਾ ਕਿ ਨਹੀਂ ਦੇਂਗਾ। ਉਹ ਹੋ ਗਿਆ ਇਹ ਕਿ ਕਿਤਾਬ ਛਪ ਗਈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੈਨੂੰ ਅਵਾਰਡ ਦਿੱਤਾ 5,000 ਦਾ, ਅਤੇ ਉਹ ਆਪਾਂ ਸਵੀ ਕੋਲ ਭੇਂਟ ਕਰਦਾ, ਅਤੇ ਭਰਾ ਕੋਲ ਵੀ ਆਲਾ। ਸੋ ਇਹ ਕਿਤਾਬ ਸ਼ਬਦਾਂ ਦੀ ਮਰਜ਼ੀ, ਮੈਨੂੰ ਹੁਣ ਵੀ ਲੱਗਦਾ ਹਮੇਸ਼ਾ, ਛੋਟੀ ਜਿਹੀ ਕਿਤਾਬ ਸੀ 64 ਪੰਨਿਆਂ ਦੀ, ਪਰ ਇਹ ਕਿਤਾਬ ਉਹ ਕਿਤਾਬ ਜਿਹੜੀ ਸਦਾ ਸ਼ਾਇਦ ਰਹੂਗੀ, ਇਹਦੇ ਕਰਕੇ ਮੇਰੀਆਂ ਦੂਸਰੀਆਂ ਕਿਤਾਬਾਂ ਜਿਹੜੀਆਂ ਆਈਆਂ।
ਫਿਰ ਕਾਰਨ ਕਿਤਾਬ ਆਈ। ਸ਼ਬਦਾਂ ਦੀ ਮਰਜ਼ੀ ਬਾਰੇ ਬਹੁਤ ਸਾਰੀਆਂ ਗੱਲਾਂ ਹੋਈਆਂ ਹੈ ਕਿ ਕੀ ਸ਼ਬਦਾਂ ਦੀ ਮਰਜ਼ੀ ਕਾਹਦੀ ਹੁੰਦੀ ਹੈ। ਔਰ ਉਦੋਂ ਤੱਕ ਪਾਜ਼ ਤਾਂ ਮੈਂ ਸੁਣਿਆ ਸੀ ਨਾ, ਕੱਲ੍ਹ ਇਹਨਾਂ ਨੇ ਪਾਜ਼ ਦਾ ਅਕਟੋਬੇ ਪਾਜ਼ ਦਾ ਜ਼ਿਕਰ ਕੀਤਾ ਸੀ, ਔਰ ਉਹ ਫਿਰ ਬਾਅਦ 'ਚ ਕਿਤੇ ਸਮਝ ਆਈ ਵੀ ਉਹ ਤਾਂ ਕਹਿੰਦਾ ਵੀ ਮਰਜ਼ੀ ਸ਼ਬਦਾਂ ਦੀ ਹੁੰਦੀ ਹੈ, ਟੈਕਸਟ ਦੀ ਮਰਜ਼ੀ ਹੈ, ਬੰਦੇ ਦੀ ਤਾਂ ਕੋਈ ਮਰਜ਼ੀ ਨਹੀਂ ਹੁੰਦੀ। ਔਰ ਮੈਂ ਜਦੋਂ ਮੈਨੂੰ ਪੁੱਛਦੇ ਮੈਂ ਕਹਿੰਦਾ ਵੀ ਐਂ ਵੀ ਜੇ ਮੇਰੀ ਮਰਜ਼ੀ ਹੁੰਦੀ ਫਿਰ ਮੈਂ ਤੁਹਾਨੂੰ ਦੱਸ ਦਿੰਦਾ ਵੀ ਸ਼ਬਦਾਂ ਦੀ ਮਰਜ਼ੀ ਕੀ ਹੁੰਦੀ ਹੈ, ਇਹਦਾ ਸ਼ਬਦਾਂ ਦੀ ਮਰਜ਼ੀ ਹੈ। ਤਾਂ ਫਿਰ ਅਕਾਰਨ ਬਾਰੇ ਬਹੁਤ ਸਾਰੀਆਂ ਗੱਲਾਂ ਹੋਈਆਂ, ਅਕਾਰਨ ਤਾਂ ਕੋਈ ਚੀਜ਼ ਹੁੰਦੀ ਹੋਈ ਨਹੀਂ। ਮੈਨੂੰ ਲੱਗਦਾ ਕਿ ਸਿਰਜਣਾ ਜਿਹੜੀ ਆ ਉਹਦੇ ਕਾਰਨ ਕੋਈ ਐਡੇ ਸਪਸ਼ਟ ਨਹੀਂ ਹੈਗੇ, ਸਾਫ਼ ਨਹੀਂ ਪਏ, ਜਿਹੜੇ ਤੁਹਾਨੂੰ ਤੁਸੀਂ ਕਾਰਨ ਦੱਸ ਦਿਓ ਕਿ ਇਹ ਕਾਰਨ ਹੈ। ਸੋ ਅਕਾਰਨ ਕਿਤਾਬ ਆਈ, ਫਿਰ ਸਿਆਹੀ ਸਿਆਹੀ ਭੁਲੀ ਹੈ, ਫਿਰ ਕਿਤਾਬ ਛਪੀ। ਇਹਦੇ ਵਿੱਚ ਮਤਲਬ ਮੈਂ ਜਿਵੇਂ ਪਹਿਲੀਆਂ ਕਿਤਾਬਾਂ ਤੋਂ ਮੇਰਾ ਹੈਗਾ ਵੀ ਪਿਤਾ ਬਾਰੇ, ਮਾਂ ਬਾਰੇ, ਪਤਨੀ ਬਾਰੇ, ਬੱਚਿਆਂ ਬਾਰੇ, ਐਮ ਐਫ ਹੁਸੈਨ ਬਾਰੇ, ਬੰਤਰਾਂ ਬੰਤ ਚੱਬਰ ਬਾਰੇ ਜਿਹੜੀਆਂ ਕਵਿਤਾਵਾਂ, ਮਲਤਾਇਆ ਨਾਥੀ ਰਾਮ ਕਵਿਤਾ ਆਈ ਉਹਦੇ 'ਚ, ਇਸ ਤਰ੍ਹਾਂ ਦੀਆਂ ਮੈਂ ਛੋਟੀਆਂ ਕਵਿਤਾਵਾਂ ਵਾਲਾ ਹੀ ਬੰਦਾ ਸੀ। ਦੀਦ ਕਹਿੰਦਾ ਹੁੰਦਾ ਕਿ ਤੇਰੀ ਕਵਿਤਾ 'ਤੇ ਯਾਰ ਉਹ ਹੈ ਨਹੀਂ, ਮਾਸ ਮੂਸ ਹੈ ਨਹੀਂ, ਹੱਡ ਦਿਸਦੇ ਰਹਿੰਦੇ ਆ। ਪਰ ਮੈਨੂੰ ਉਹ ਗੱਲ ਉਹਦੀ ਲੱਗੀ ਕਿ ਵੀ ਯਾਰ ਥੋੜ੍ਹਾ ਬਹੁਤ ਮੈਂ ਮਾਸ ਵੀ ਲਾਵਾਂ ਯਾਰ, ਮੇਰਾ ਪੂਰਾ ਉਹ ਹੱਡ ਜਿਹੜੇ ਆ ਉਹ ਨਾ ਦਿਸਦੇ ਰਹਿਣ। ਸੋ ਚਾਰ ਕਿਤਾਬਾਂ ਮੇਰੀਆਂ ਛਪੀਆਂ, ਔਰ ਮੈਨੂੰ ਭੋਰਾ ਨਹੀਂ ਪਤਾ ਐਵੇਂ ਕਹਾਂ ਕਵਿਤਾ ਬਾਰੇ ਕਿ ਉਹ ਕਿਵੇਂ ਲਿਖੀ ਜਾਂਦੀ ਹੈ, ਉਹਦੀ ਲਿਖਣ ਪ੍ਰਕਿਰਿਆ ਕੀ ਹੁੰਦੀ ਹੈ, ਉਹ ਸਾਰੀਆਂ ਗੱਲਾਂ ਮੈਂ ਆਟੇ ਸਾਟੇ ਨਾਲ ਬਣਾਉਣੇ ਜੇ ਹੁੰਦੇ ਹਾਂ ਅਸੀਂ, ਮੇਰਾ ਖਿਆਲ, ਮੈਨੂੰ ਇਹ ਲੱਗਦਾ ਬਣਾਈਆਂ ਮੈਂ ਵੀ ਹੈ। ਜਦੋਂ ਕੋਈ ਪੁੱਛੇ ਦੱਸੇ ਤਾਂ ਮੈਂ ਵੀ ਬਣਾ ਲੈਂਦਾ, ਐਂ ਕਰਦਾ, ਆਹ ਹੋ ਜਾਂਦਾ, ਇਹ ਹੋ ਜਾਂਦਾ, ਪਰ ਇਹ ਮਤਲਬ ਬਹੁਤ ਵਾਰੀ ਆਵਾਜ਼ ਤੋਂ ਹੀ, ਕੋਈ ਆਵਾਜ਼ ਤੁਸੀਂ ਸੁਣਦੇ ਹੋ ਉਸ ਤੋਂ ਹੀ ਕਵਿਤਾ ਆ ਜਾਂਦੀ ਹੈ, ਬਹੁਤ ਸਾਰੀ ਕੋਈ ਲਫ਼ਜ਼ ਤੁਸੀਂ ਪੜ੍ਹਦੇ ਹੋ ਉਹ ਤੋਂ ਹੀ ਕਵਿਤਾ ਆ ਜਾਂਦੀ ਹੈ, ਬਹੁਤ ਵਾਰ ਤੁਸੀਂ ਜਿਹੜਾ ਹੈਗਾ ਮਤਲਬ ਕੋਈ ਘਟਨਾ ਵਾਪਰ ਗਈ ਉਹ 'ਤੇ ਵੀ ਕਵਿਤਾ ਆ ਜਾਂਦੀ ਹੈ। ਪਰ ਉਹ ਕਿਉਂਕਿ ਮੇਰੇ ਘਰ 'ਚ ਹੀ ਕਵਿਤਾਵਾਂ ਨੇ ਤਾਂ ਉਹ ਘਰ ਦੀਆਂ ਕਵਿਤਾਵਾਂ ਹੀ ਮੇਰੀਆਂ ਕਵਿਤਾਵਾਂ ਸਾਰੀਆਂ ਹਨ। ਤਾਂ ਮੈਂ ਬਾਪੂ ਜਿਹੜਾ ਹੈ ਮਤਲਬ ਜੇ ਮੈਂ ਦੱਸਾਂ ਕਿ ਰਾਜ ਮਿਸਤਰੀ ਸੀ, ਮੈਂ ਘਰ 'ਚ ਵੱਡਾ, ਤਿੰਨ ਭੈਣਾਂ, ਉਹਨਾਂ ਬਾਪੂ ਵਿਚਾਰੇ ਲੱਗਦਾ ਵੀ ਘਰ ਸੈੱਟ ਕਰਾਂ, ਉਹ ਇੱਕ ਘਰ ਵੇਚ ਦਿੰਦਾ, ਉਹਨੂੰ ਲੱਗਦਾ ਇਹ 'ਚੋਂ ਕੁਛ ਬਚਾ ਕੇ ਤਾਰ ਤੂਰ ਲਾਂ ਹੋਰ ਘਰ ਪਾ ਲੈਂਦਾ, ਉਹ ਬਚਣਾ ਬੁਚਣਾ ਕਿੱਥੇ ਹੁੰਦਾ, ਟੋਆ ਥੋੜ੍ਹਾ ਉਹ ਇੱਕ ਪਟਦਾ ਹੋਰ ਹੋ ਜਾਂਦਾ, ਐਂ ਘਰ 'ਚ ਕਈ ਮਤਲਬ ਵੇਚਣੇ ਵੁਚਣੇ ਪਏ, ਆਖਿਰ ਨੂੰ ਕਿਰਾਏ 'ਤੇ ਜਾਣਾ ਪਿਆ, ਮਤਲਬ ਘਰਾਂ ਨੂੰ ਵੇਚ ਵੇਚ ਕੇ ਥੋੜ੍ਹਾ ਟੋਏ ਸੀ ਭਰੇ ਜਾਣੇ, ਪੰਜ ਤਿੰਨ ਭੈਣਾਂ, ਉਹਨਾਂ ਦੇ ਵਿਆਹ ਵਗੈਰਾ ਹੋਰ। ਤਾਂ ਮੈਂ ਨਾ ਉਹਨਾਂ ਵਿਆਹ 'ਚ ਕਵਿਤਾ ਲਿਖੀ, ਵਿਕਿਆ ਹੋਇਆ ਮਕਾਨ ਅਤੇ ਉਹ ਚਿੜੀ, ਉਹ ਤੁਹਾਨੂੰ ਸੁਣਾਉਣਾ। ਆਪਣੇ ਵਿਕੇ ਹੋਏ ਮਕਾਨ 'ਚ ਬਸ ਆਖਰੀ ਪਹਿਰ ਹੋਰ ਰੁਕਣਾ ਹੈ, ਇਹ ਕਿਉਂ ਵਿਕਿਆ, ਕਿਵੇਂ ਵਿਕਿਆ, ਸਭ ਨੂੰ ਸਭ ਕੁਝ ਦੱਸਣਾ ਪੈਣਾ ਹੈ। ਪਤਨੀ, ਭੈਣ, ਭਰਾ, ਛੋਟਾ ਬਣ ਰਹੇ ਨੇ ਸਮਾਨ ਸਾਰਾ, ਅਤੇ ਇਸੇ ਤਰ੍ਹਾਂ ਮਾਂ ਮੇਰੀ ਬਣ ਰਹੀ ਹੈ ਸਮੇਤ ਸਾਡੇ ਆਪਣੇ ਆਪ ਨੂੰ ਸਾਹਸ ਦੀ ਗੰਢੜੀ 'ਚ। ਪਿਤਾ ਬਹੁਤ ਹੀ ਧਿਆਨ ਨਾਲ ਲਦਵਾ ਰਿਹਾ ਸਮਾਨ, ਇੱਕ ਤੋਂ ਬਾਅਦ ਦੂਜੀ ਚੀਜ਼। ਪਿਤਾ ਬਹੁਤ ਹੀ ਧਿਆਨ ਨਾਲ ਲਦਵਾ ਰਿਹਾ ਹੈ ਸਮਾਨ, ਇੱਕ ਤੋਂ ਬਾਅਦ ਦੂਜੀ ਚੀਜ਼। ਸੈਣਪ ਦੀ ਪੂਰੀ ਤਾਨ ਲਾਉਂਦਾ ਸਮੇਤ ਸਾਡੇ, ਉਹ ਆਪਣੇ ਦਿਲ ਨੂੰ ਟੁੱਟਣ ਤੋਂ ਬਚਾਉਂਦਾ ਹੈ। ਛੱਡ ਦਿੰਦਾ ਹਾਂ ਮੈਂ ਘੜੀਆਂ ਕਢਾਈਆਂ ਦਲੀਲਾਂ ਦੀ ਦੀਵਾਰ ਪਿੱਛੇ, ਮਾਂ ਦੀਆਂ ਭਰੀਆਂ ਅੱਖਾਂ, ਪਿਤਾ ਦਾ ਡੋਲਦਾ ਮਨ, ਪਤਨੀ ਦੀ ਝੂਠੀ ਮੁਸਕਰਾਹਟ, ਬੇਟੇ ਦਾ ਭਮਤਰਿਆ ਚਿਹਰਾ, ਮੈਂ ਆਪਣੇ ਸਮੇਤ ਸਭ ਨੂੰ ਢਾਰਸ ਬਣਾਉਂਦਾ ਹਾਂ, ਪਤਾ ਨਹੀਂ ਕਿਹੜੀ ਤਾਕਤ ਨਾਲ।
ਥਾਵਾਂ, ਕੰਧਾਂ, ਦਰਵਾਜ਼ੇ, ਖਿੜਕੀਆਂ ਵੀ ਧੜਕਣ। ਥਾਵਾਂ, ਕੰਧਾਂ, ਦਰਵਾਜ਼ੇ, ਖਿੜਕੀਆਂ ਵੀ ਧੜਕਣ। ਜਾਣਿਆ ਪਹਿਲੀ ਵਾਰ ਵਿਕੇ ਹੋਏ ਮਕਾਨ ਨੂੰ ਵਿਧਾ ਆਖਦਿਆਂ ਯਾਦ ਆਈ ਉਹ ਚਿੜੀ ਜਿਹਦੇ ਬਾਰੇ ਰੋਜ਼ ਰਾਤ ਨੂੰ ਸੁਣਾਉਂਦਾ ਸਾਂ ਸੁਖਨ ਆਪਣੇ ਨੂੰ। ਕਿੰਨੀਆਂ ਕਹਾਣੀਆਂ। ਪਹਿਲੀ ਵਾਰ ਰਹਿ ਰਹੇ ਹਾਂ ਕਿਰਾਏ ਦੇ ਮਕਾਨ 'ਚ, ਪਹਿਲੀ ਵਾਰ ਰਹਿ ਰਹੇ ਹਾਂ ਕਿਰਾਏ ਦੇ ਮਕਾਨ 'ਚ, ਉਪਰੇ ਉਪਰੇ ਸਭ ਕੁਝ ਨੂੰ ਬਦਲ ਰਹੇ ਹਾਂ ਆਪਣੇ 'ਚ। ਸਹਿਜ ਹੋਣ ਲਈ ਕਰਦੇ ਹਾਂ ਕੁਝ ਹੋਰ ਦਿਨਾਂ ਦੀ ਉਡੀਕ, ਮਾਂ ਪਿਤਾ ਸੰਕਟ ਨਿਵਾਰਨ ਲਈ ਕਿਸੇ ਤੀਰਥ ਇਸ਼ਨਾਨ 'ਤੇ ਜਾਣ ਬਾਰੇ ਸੋਚਦੇ ਹਨ। ਮਾਂ ਪਿਤਾ ਸੰਕਟ ਨਿਵਾਰਨ ਲਈ ਕਿਸੇ ਤੀਰਥ ਇਸ਼ਨਾਨ 'ਤੇ ਜਾਣ ਬਾਰੇ ਸੋਚਦੇ ਹਨ। ਮੈਂ ਕਵਿਤਾ ਦੇ ਦੀਵਾਰ ਦੀਆਂ ਪੌੜੀਆਂ 'ਤੇ ਨਤਮਸਤਕ ਹੁੰਦਾ ਹਾਂ, ਸਾਹਮਣੇ ਚਹਿ ਚਹਾਰੇ ਹੁੰਦੀ ਉਹ ਚਿੜੀ। ਇਹ ਸੀ ਵਿਕਿਆ ਹੋਇਆ ਮਕਾਨ। ਮਤਲਬ ਹੁਣ ਹੌਲੀ ਹੌਲੀ ਸਾਰਾ ਕੁਝ ਸੈੱਟ ਸੁੱਟ ਹੋ ਜਾਂਦਾ ਹੁੰਦਾ ਹੈ ਨਾ, ਸੁੱਖ ਸਹੂਲਤਾਂ ਸਾਰੀਆਂ ਹੈਗੀਆਂ, ਅਤੇ ਮਤਲਬ ਰਿਲੇਸ਼ਨਾਂ 'ਚ ਪਤਨੀ ਮੇਰੀ, ਮੈਂ ਛੋਟੀ ਥੋੜ੍ਹੀ ਜਿਹੀ ਗੱਲ ਕਰਾਂ ਕਿਉਂਕਿ ਇੱਥੇ ਗੱਲਾਂ ਚੱਲੀਆਂ ਬਹੁਤ ਸਾਰੀਆਂ, ਤਾਂ ਉਹ ਮੈਂ ਨਾ ਮਤਲਬ ਦੇਖਣ ਲਈ ਜਦੋਂ ਗਿਆ ਆਪਣੀ ਪਤਨੀ ਨੂੰ, ਅਰੇਂਜਡ ਮੈਰਿਜ ਹੋਣੀ ਸੀ ਹੋਰ, ਅਤੇ ਉਹ ਫਿਰ ਮੈਨੂੰ ਨਾਲ ਹੀ ਕਹਿੰਦੇ ਵੀ ਮੈਨੂੰ ਪਤਾ ਲੱਗਿਆ ਤੂੰ ਕਵਿਤਾ ਲਿਖਦਾ। ਮੈਂ ਕਿਹਾ ਹਾਂ, ਫਿਰ ਮੈਨੂੰ ਚੰਗਾ ਲੱਗਿਆ ਵੀ ਇਹਨੂੰ ਪਤਾ ਲੱਗਿਆ ਇਸ ਗੱਲ ਦਾ। ਉਹ ਫਿਰ ਮੈਨੂੰ ਕਹਿੰਦੇ ਵੀ ਕਵਿਤਾ ਤੂੰ ਪਾਸ਼ ਵਰਗੀ ਲਿਖਦਾ ਕਿ ਪਾਤਰ ਵਰਗੀ ਲਿਖਦਾ। ਮੈਂ ਯਾਰਾ ਤਾਂ ਮਤਲਬ ਹੈਂਜੀ ਹਾਂ, ਮੈਂ ਯਾਰਾ ਤਾਂ ਇਹਨੂੰ ਪਾਸ਼ ਪਾਤਰ ਦਾ ਵੀ ਪਤਾ ਅਤੇ ਹੈਂ ਹਾਂ ਵਧੀ। ਮੈਂ ਕਿਹਾ ਮਤਲਬ ਮੈਂ ਖੈਰ ਉਹਨੂੰ ਕਿਹਾ ਵੀ ਮੈਂ ਨਾ ਪਾਸ਼ ਵਰਗੀ ਕਵਿਤਾ ਲਿਖਦਾ ਨਾ ਪਾਤਰ ਵਰਗੀ, ਅਤੇ ਮੈਂ ਮਤਲਬ ਗੁਰਪ੍ਰੀਤ ਵਰਗੀ ਕਵਿਤਾ ਲਿਖਦਾ ਆਪਣੇ ਵਰਗੀ। ਤਾਂ ਉਹ ਰਿਲੇਸ਼ਨਾਂ 'ਚ ਜਿਵੇਂ ਕਹਿੰਦੇ ਸੀ ਭੁੱਲਰ ਸਾਹਿਬ, ਜਿਵੇਂ ਕਹਾਂ ਉਹ ਬਹੁਤ ਚੰਗੀ ਹੈ ਤਾਂ ਇਸ ਨੂੰ ਝੁਠਲਾ ਨਹੀਂ ਸਕਦੀ ਇਹ ਗੱਲ। ਉਹ ਬੜੀ ਅੱਛੀ ਪਾਠਕ ਹੈ, ਤੁਹਾਨੂੰ ਸਾਰਿਆਂ ਨੂੰ ਪੜ੍ਹਦੀ ਹੈ। ਪਹਿਲਾਂ ਉਹੀ ਪੜ੍ਹਦੀ ਹੈ, ਜਦੋਂ ਕਿਤਾਬ ਮੇਰੇ ਕੋਲ ਆਉਂਦੀ ਹੈ ਉਹੀ ਪੜ੍ਹਦੀ ਹੈ। ਖਾਸ ਕਰ ਜਿਵੇਂ ਮੇਰਾ ਸੁਭਾਅ, ਮੈਂ ਫਿਕਸ਼ਨ ਨਹੀਂ ਪੜ੍ਹਦਾ, ਨਾਵਲ ਨਹੀਂ ਪੜ੍ਹਦਾ, ਉਹ ਪੜ੍ਹਦੀ ਹੈ। ਉਹ ਪੜ੍ਹ ਕੇ ਮੈਨੂੰ ਦੱਸ ਦਿੰਦੀ ਹੈ, ਮੈਂ ਪੁੱਛਦਾ ਮੈਂ ਪੜ੍ਹ ਲਾਂ, ਉਹਨੂੰ ਪਤਾ ਮੇਰੇ ਸੁਭਾਅ ਦਾ। ਹਾਂਜੀ, ਮਤਲਬ ਕਦੇ ਕਦੇ ਖੋਲ ਦਿੰਦੀ ਹੈ ਜਿਵੇਂ ਤੂੰ ਆਪਣੇ ਵਾਲਾਂ ਨੂੰ, ਕਦੇ ਕਦੇ ਖੋਲ ਦਿੰਦੀ ਹੈ ਜਿਵੇਂ ਤੂੰ ਆਪਣੇ ਵਾਲਾਂ ਨੂੰ, ਖੋਲ ਦੇ ਮੈਨੂੰ ਵੀ। ਉਹਨੇ ਵਗਾਹ ਮਾਰਿਆ ਹਵਾ 'ਚ ਰਬੜ ਬੈਂਡ, ਮੈਂ ਨੇੜਿਓ ਹੀ ਮੁੜਿਆ ਆ ਅਤੇ ਆਖਿਆ ਉਹਨੂੰ ਵਾਲਾਂ ਦੀਆਂ ਗੁੰਝਲਾਂ ਕੱਢ ਕੇ ਬਾਹ ਦੇ ਕੇਸ ਅਤੇ ਪਾ ਲਿਆ ਰਬੜ ਬੈਂਡ। ਕਰਨੀਆਂ ਦਾ ਚਾਰ ਪੰਜ ਸੀ ਵੀਹ ਪੱਚੀ ਕਰਤੀਆਂ ਪਰ ਜਦੋਂ ਪੜ੍ਹੀਆਂ ਤੇ ਪੰਜਾਬੀ ਦੇ ਆਡੀਅੰਸ ਲਈ
ਬਿਲਕੁਲ ਮੇਰੇ ਖਿਆਲ ਸਾਡੇ ਇੱਥੇ ਤਾਂ ਅਸੀਂ ਤਾਂ ਸਾਰੇ ਮੈਨੂੰ ਲੱਗਦਾ ਸ਼ਾਇਦ ਇੱਥੇ ਸਾਰੇ ਚੰਗੇ ਪਾਠਕ ਹਾਂ, ਪਰ ਸਾਡੇ ਪਾਠਕ ਪੰਜਾਬੀ ਦੀ ਕਵਿਤਾ ਤਾਂ ਹੈ ਨਹੀਂ, ਮਤਲਬ ਉਹ ਬੜੀਆਂ ਉਹ ਰੈਡੀਮੇਡ ਅਤੇ ਉਸ ਤਰ੍ਹਾਂ ਦੀ ਕਵਿਤਾਵਾਂ ਭਾਲਦਾ ਇਸ ਉੱਥੋਂ। ਇਸ ਲਈ ਰਿਸ਼ਤੇ ਉਸ ਕਵਿਤਾ ਦੇ ਵਿੱਚ ਕਿੰਨਾ ਰਿਸ਼ਤਾ, ਕਿੱਡੇ ਵੱਡਾ ਨਿੱਘ, ਕਿੱਡਾ ਵੱਡੀ ਬਣਤਰ ਆ ਉਹਦੇ ਵਿੱਚ, ਕਿੰਨਾ ਕੁਛ ਬੁਣਿਆ ਹੋਇਆ ਉਹਦੇ ਵਿੱਚ, ਕਿੰਨਾ ਕੁਛ ਬੁਣਿਆ ਹੋਇਆ ਇਹਦੀ ਇੱਕ ਕਵਿਤਾ ਦੀ। ਮੈਂ ਇਹਨੂੰ ਕਿਹਾ ਉਸ ਦਾ ਤੇਰੇ ਹੱਥਾਂ ਚ, ਤੇਰੇ ਹੱਥਾਂ ਚ ਥਾਲ ਗਲਾਸ ਗੜਬੀ ਬਾਟੀ ਮੈਂ, ਤੇਰੇ ਹੱਥਾਂ ਚ ਥਾਲ ਗਲਾਸ ਗੜਬੀ ਬਾਟੀ ਮੈਂ, ਛੰਨਾ ਉਹੀ ਬੈਠਕ 'ਚ ਸਜਿਆ ਤੂੰ ਚੱਕ ਲੈਂਦੀ, ਮਾਂਜਦੀ ਧੋਂਦੀ ਰੱਖਣਿਆਂ 'ਚ ਚਿੰਦੀ, ਹਰਿਦੁਆਰ ਨਹਾ ਆਉਂਦਾ ਮੈਂ ਰਾਤੋ ਰਾਤ, ਉਹ ਮਿੱਥਿਆ ਨਾ, ਹਰਿਦੁਆਰ ਨਹਾ ਆਉਂਦਾ ਮੈਂ ਰਾਤੋ ਰਾਤ, ਸੁੱਚਾ ਹੋ ਜਾਂਦਾ ਮਿੱਥ ਨੂੰ ਜਿਉਂਦਾ, ਸੂਰਜ ਮੱਥੇ ਲੱਗਦਾ, ਚਿੱਬ ਮੇਰੇ ਹੋਰ ਚਮਕ। ਸੋ ਪਿਆਰ ਦੀ ਇੱਕ ਕਵਿਤਾ ਛੋਟੀ ਜਿਹੀ, ਚਾਰ ਕਲੈਣਾਂ ਦੀ ਹੈ। ਧੀ ਮਤਲਬ ਮੈਂ ਕਿਵੇਂ ਵੀ ਪਿਆਰ ਧੀ ਨਾਲ ਤੁਹਾਡਾ ਕਿਸ ਤਰ੍ਹਾਂ ਦਾ ਹੈ ਨਾ। ਅਜੇ ਕੱਲ੍ਹ ਤਾਂ ਖੇਡਦੀ ਸੀ ਗੁੱਡੀਆਂ ਪਟੋਲੇ, ਅੱਜ ਹੋ ਗਈ ਮੁਟਿਆਰ, ਪਿਤਾ ਨੂੰ ਦਾੜੇ ਡਾਈ ਕਰਨ ਦੀ ਤਾਕੀਦ ਕਰਦੇ, ਅਨਾਬੀ ਕਮੀਜ਼ ਨਾਲ ਅਨਾਬੀ ਪੱਗ ਦੀ ਪੂਣੀ ਕਰਾਉਂਦੀ, ਆਪਣੀ ਮਾਂ ਵੱਲ ਨਹੀਂ ਝਾਕਦੀ, ਪਾਲਿਸ਼ ਕੀਤੇ ਚਮਕਦੇ ਬੂਟ ਪਾਉਣ ਨੂੰ ਆਖਦੀ, ਨਵੀਂ ਦੁਨੀਆਂ ਦੇ ਨਵੇਂ ਵਿਚਾਰਾਂ ਨਾਲ ਸਿਆਣ ਕਰਾਉਂਦੀ। ਮੈਂ ਪਿਤਾ ਧੀ ਕਰਕੇ ਬੁੱਢਾ ਹੋ ਰਿਹਾ ਸਾਂ, ਧੀ ਕਰਕੇ ਜਵਾਨ ਹੋ ਰਿਹਾ। ਸੋ ਪਰ ਇੱਕ ਗੱਲ ਜਿਹੜੀ ਬੜੀ ਖੂਬਸੂਰਤ ਹੈ, ਵਾਕਈ ਗੱਲ ਠੀਕ ਹੈ ਡਾਕਟਰ ਸਾਹਿਬ ਦੀ, ਇਹਨਾਂ ਪਲਾਂ 'ਚ ਮੈਨੂੰ ਲੱਗਿਆ ਨਹੀਂ ਕਿ ਮੈਨੂੰ ਬੁਖਾਰ ਹੈ,